ਆਈ ਨੂੰ ਲੈ ਲੈ ਮਿੱਟੀ ਚੋਰ ਕਿੱਥੇ ਰਹਿੰਦਾ ਸੀ ਮੇਰਾ ਦੋਤਾ ਹੈ ਮੇਰਾ ਦੋਤਾ ਹੈ ਨਹੀਂ ਮਿੱਟੀ ਚੋਰ ਕਿੱਥੇ ਰਹਿੰਦਾ ਸੀ ਮੇਰਾ ਦੋਤਾ ਹੈ ਮੇਰਾ ਦੋਤਾ ਹੈ ਨਹੀਂ ਮਿੱਟੀ ਚੋਰ ਕਿੱਥੇ ਰਹਿੰਦਾ ਸੀ ਮੇਰਾ ਦੋਤਾ ਹੈ ਮੇਰਾ ਪਰਿਵਾਰ ਆ ਜੀ, ਚਾਰ ਬੱਚੇ ਨੇਗੇ। ਇਹ ਵੱਡਾ ਬੱਚਾ ਵਿਆਹਿਆ ਹੋਇਆ ਸੀਗਾ ਜੀ, ਦੋ ਪੋਤਾ, ਇੱਕ ਪੋਤਾ ਇੱਕ ਪੋਤੀ ਆ। ਇੱਧਰ ਨਾਲ ਵਾਲੇ ਕਮਰੇ 'ਚ ਪਏ ਸੀਗੇ ਜੀ, ਤਾਂ ਸਵੇਰੇ 4 ਵਜੇ ਸਾਨੂੰ ਤਾਂ ਪਤਾ ਲੱਗਿਆ ਹੈਗਾ ਜੀ, ਅਤੇ ਉਹ ਛੱਤ ਗਿਰ ਗਈ ਤਾਂ ਆਂਢੀਆਂ ਗੁਆਂਢੀਆਂ ਨੇ ਰੌਲਾ ਪਾ ਕੇ ਸਾਰਾ ਕੁਛ ਅਸੀਂ ਇਹਨਾਂ ਨੂੰ ਕੱਢਿਆ ਗਾ। ਛੋਟੇ ਬੱਚੇ ਦੀ, ਮੇਰੇ ਪੋਤੇ ਦੀ ਡੈਥ ਹੋ ਗਈ ਜੀ, ਅਤੇ ਬਾਕੀ ਦਾਖਲ ਪਏ ਨੇ ਐਮਰਜੈਂਸੀ ਦੇ ਵਿੱਚ, ਅਤੇ ਬਹੁਤ ਬੜੀ ਪਰੇਸ਼ਾਨੀ ਗੁਜ਼ਰ ਰਿਹਾ ਜੀ ਪਰਿਵਾਰ ਇਹ। ਤਾਂ ਕੀ ਕਰਿਆ ਜਾਵੇ ਜੀ, ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਗਰੀਬਾਂ ਦੀ ਪਰਿਵਾਰ ਦੀ ਸੁਣਵਾਈ ਕੀਤੀ ਜਾਵੇ ਜੀ। ਸਾਡੇ ਕੋਲ ਹੋਰ ਕੋਈ ਸਾਧਨ ਨਹੀਂ, 5-7 ਹਜ਼ਾਰ ਰੁਪਇਆ ਕਮਾਉਣ ਵਾਲੇ ਬੰਦੇ ਹਾਂ ਜੀ ਅਸੀਂ ਗਰੀਬ ਪਰਿਵਾਰ ਆ ਸਾਰੇ। ਹਾਂ ਜੀ ਹਾਂ, ਉਹ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਜੀ, ਉਹ ਕੀ ਹਾਲਾਤ ਨੇ ਉਹਨਾਂ ਦੇ ਕਮਰਿਆਂ ਦੇ, ਉਹ ਤੁਸੀਂ ਆਪ ਖੁਦ ਦੇਖ ਸਕਦੇ ਹੋ ਜੀ। ਇਹ ਬਸਤੀ ਦੇ ਵਿੱਚ ਤਕਰੀਬਨ ਆਪਾਂ ਨੂੰ ਪਤਾ ਜੀ ਕਈ ਦਿਨ ਹੋ ਗਏ ਰੁਕ ਰੁਕ ਕੇ ਮੀਂਹ ਪੈ ਰਿਹਾ। ਮੀਂਹ ਪੈਣ ਦੇ ਕਾਰਨ ਛੱਤਾਂ ਕੱਚੀਆਂ ਨੇਗੀਆਂ, ਸਾਰਾ ਹੀ ਪਰਿਵਾਰ ਇੱਕ ਸੱਥ ਥੱਲੇ ਪਿਆ ਸੀ। ਸਵੇਰੇ ਅਚਾਨਕ ਛੱਤ ਗਿਰ ਗਈ, ਛੱਤ ਗਿਰਨ ਸਾਰ ਇੱਕ ਬੱਚੇ ਦੀ ਤਾਂ ਡੈਥ ਹੋ ਗਈ, ਮੌਕੇ 'ਤੇ ਸਪੇਅਰ ਹੋ ਗਿਆ ਉਹ। ਉਸਦਾ ਬਾਪ ਹੈ, ਉਹਦੇ ਬਹੁਤ ਜ਼ਿਆਦਾ ਸੱਟ ਵੱਜੀ ਹੋਈ ਹੈ ਲੱਤ 'ਤੇ, ਗੰਭੀਰ ਹੈ। ਇੱਕ ਗੁੱਡੀ ਹੈ ਛੋਟੀ ਜਿਹੀ ਹੋਰ, ਜਾਣੀ ਕਿ ਸਾਰੇ ਹੀ ਪਰਿਵਾਰ ਦੇ ਸੱਟਾਂ ਵੱਜੀਆਂ ਛੱਤ ਗਿਰਨ ਕਰ। ਅਸੀਂ ਪ੍ਰਸ਼ਾਸਨ ਤੋਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਸ ਪਰਿਵਾਰ ਦੀ ਮਾਲੀ ਸਹਾਇਤਾ ਅਤੇ ਹੋਰ ਵੀ ਜੋ ਬਣਦੀ ਸਹਾਇਤਾ ਗੀ ਇਲਾਜ ਕਰਵਾਇਆ ਜਾਵੇ, ਅਤੇ ਇਸ ਪਰਿਵਾਰ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਜਾਵੇ। ਅਤਿ ਗਰੀਬ ਪਰਿਵਾਰ ਆ ਇਹ, ਮਿਹਨਤ ਮਜ਼ਦੂਰੀ ਕਰਨ ਵਾਲੇ ਨੇ, ਅਤੇ ਅਸੀਂ ਪ੍ਰਸ਼ਾਸਨ ਤੋਂ ਅਤੇ ਜਿਹੜੀਆਂ ਸੰਸਥਾਵਾਂ ਬਣੀਆਂ ਨੇਗੀਆਂ ਅਸੀਂ ਉਹਨਾਂ ਤੋਂ ਬੇਨਤੀ ਕਰਦੇ ਹਾਂ ਵੀ ਇਸ ਪਰਿਵਾਰ ਦੀ ਬਾਂਹ ਫੜੀ ਜਾਵੇ, ਇਹਦਾ ਇਲਾਜ ਕਰਾਇਆ ਜਾਵੇ, ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ, ਤਾਂ ਅਸੀਂ ਪ੍ਰਸ਼ਾਸਨ ਦੇ ਅਤੇ ਜਿਹੜੀ ਵੀ ਸੰਸਥਾਵਾਂ ਹੋਣਗੀਆਂ ਉਹਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਹਾਂਜੀ, ਉਹੀ ਗੱਲ ਹੈ ਜੀ, ਹੁਣ ਦੇਖੋ ਤੁਸੀਂ ਆਪ ਡਿੱਗਣ ਵਾਲਾ ਹੋਇਆ ਪਿਆ, ਜਮ੍ਹਾਂ ਖਸਤਾ ਹਾਲਤ ਹੈਗੀ, ਕੱਲ੍ਹ ਨੂੰ ਦੂਜੇ ਬੱਚਿਆਂ 'ਤੇ ਵੀ ਘਟਨਾ ਵਾਪਰ ਸਕਦੀ ਹੈ,
ਹੈ, ਲਵੇ ਲਾਉਣੇ ਚਾਰ ਸਪੇਰੇ ਦੇਖੋ ਸਾਰੇ ਬਹੁਤ, ਇੱਕ ਇਹ ਜਗ੍ਹਾ ਹੀ ਜੀ ਹੈ, ਇੱਥੇ ਕਿਸੇ ਦਾ ਕੋਈ ਧਿਆਨ ਨਹੀਂ ਜੀ, ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ, ਕੁਛ ਨਹੀਂ ਹੈਗਾ, ਕੋਈ ਪਾਣੀ ਦਾ ਵਿਕਾਸ ਨਹੀਂ ਹੈਗਾ, ਜਦੋਂ ਪਾਣੀ ਖੜ੍ਹ ਜਾਂਦਾ ਵਿਚਾਰੇ ਬਾਲਟੀਆਂ ਨਾਲ ਆ ਬਾਹਰ ਕੱਢਦੇ ਨੇਗੇ, ਬਹੁਤ ਨਾਜ਼ੁਕ ਹਾਲ ਆ ਜੀ ਇਸ ਮੁਹੱਲੇ ਦੀ। ਅਸੀਂ ਪ੍ਰਸ਼ਾਸਨ ਤੋਂ ਤੇ ਬੇਨਤੀ ਕਰਦੇ ਹਾਂ ਵੀ ਇਸ ਪਰਿਵਾਰ ਨੂੰ ਅਤੇ ਇਸ ਬਸਤੀ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਜਾਵੇ, ਤਾਂ ਹੀ ਹੱਥ ਪਤਾ ਲੱਗ ਸਕਦਾ ਵੀ ਕੀ ਮਾਹੌਲ ਹੈ, ਕਿਹੜੀ ਜ਼ਿੰਦਗੀ ਜਿਉਂ ਰਹੇ ਨੇ ਇਹ ਲੋਕ। ਬਹੁਤ ਨਾਜ਼ੁਕ ਜ਼ਿੰਦਗੀ ਹੈ ਜੀ, ਗਰੀਬ ਬਹੁਤ ਤਬਕਾ ਗਰੀਬ ਰਹਿੰਦਾ ਇੱਥੇ। ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਪੂਰੀ ਦੀ ਪੂਰੀ ਮਦਦ ਕੀਤੀ ਜਾਵੇ ਜਿੰਨੀ ਹੋ ਸਕਦੀ। ਸਵੇਰੇ 4 ਵਜੇ ਦਾ ਇਹ ਟਾਈਮ ਹੈ ਜੀ, ਅੱਜ ਸਵੇਰੇ 4 ਵਜੇ ਗਵਾਂਢੀਆਂ ਨੇ ਸਾਨੂੰ ਜਾ ਕੇ ਉਠਾਇਆ ਗਾ ਜੀ, ਵੀ ਉਹਨਾਂ ਦੇ ਘਰ ਦੀ 7 ਡਿੱਗ ਚੁੱਕੀ ਹੈ ਜੀ। ਅਸੀਂ 4 ਵਜੇ ਆ ਕੇ ਉਹਨਾਂ ਨੂੰ ਪੂਰੇ ਪਰਿਵਾਰ ਨੂੰ ਕੱਢਿਆ ਜੀ, 4 ਮੈਂਬਰ ਸੀਗੇ ਜੀ ਉਹ, ਉਹਨਾਂ ਦਾ ਬੇਟਾ ਅਤੇ ਬੇਟੀ ਅਤੇ ਦੋਨੇ ਜੀ ਆਪ ਸੀਗੇ ਜੀ, ਅਤੇ ਉਹਨਾਂ 3 ਜਣਿਆਂ ਨੂੰ ਅਸੀਂ ਹੋਸਪਿਟਲ 'ਚ ਛੱਡਿਆ, ਅਤੇ ਬੱਚੇ ਦੀ ਮੌਕੇ ਔਰ ਵਾਰਦਾਤ ਹੋ ਚੁੱਕੀ ਸੀਗੀ ਜੀ, ਉਹਦੇ ਬੱਚੇ ਦੀ ਡੈਥ ਮੌਕੇ ਦੀ ਇਹ ਹੋ ਚੁੱਕੀ ਹੈ ਜੀ। ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਮੁਹੱਲੇ ਦੇ ਵਿੱਚ ਆ ਕੇ ਆਵਾਵਸਤੀ ਦੁਸ਼ਹਿਰਾ ਗਰਾਊਂਡ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿਖੇ ਜੀ ਆ ਕੇ ਦੇਖ ਸਕਦੇ ਨੇ ਜੀ ਉਹ ਵੀ ਹਾਲਾਤ ਕਿਸ ਤਰ੍ਹਾਂ ਕਿਵੇਂ ਨੇ ਜੀ, ਕਿਉਂਕਿ ਅਸੀਂ ਇਹੀ ਚਾਹੁੰਦੇ ਹਾਂ ਵੀ ਗਰੀਬ ਘਰਾਂ ਦੇ ਵਿੱਚ ਗੇੜਾ ਮਾਰਨ ਜੀ। 7 ਹੋਰ ਵੀ ਕਈ ਘਰ ਨੇ ਜੀ ਜਿਨ੍ਹਾਂ ਦੀਆਂ 7 ਡਿੱਗਣ ਵਾਲੀਆਂ ਨੇ ਜੀ, ਕਈ ਡਿੱਗ ਚੁੱਕੀਆਂ ਨੇ ਜੀ, ਕਿਸੇ ਦੀ 1.5 7 ਡਿੱਗੀ, ਕਿਸੇ ਦੀ ਪੂਰੀ ਡਿੱਗ ਗਈ। ਅਸੀਂ ਇਹੀ ਚਾਹੁੰਦੇ ਹਾਂ ਜੀ ਵੀ ਨਾ ਤਾਂ ਇਹਨਾਂ ਗਰੀਬ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਜੀ, ਉਹ ਵੀ ਡਿੱਗਣ ਵਾਲੀ ਨੇ ਜੀ, 7 ਉਹਨਾਂ ਦੀਆਂ ਵੀ ਹਿੱਲੀਆਂ ਪਈਆਂ ਨੇ ਜੀ। ਅਸੀਂ ਇਹ ਚਾਹੁੰਦੇ ਹਾਂ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ, ਅਸੀਂ ਪ੍ਰਸ਼ਾਸਨ ਤੋਂ ਸਿਰਫ ਇਹੀ ਚਾਹੁੰਦੇ ਹਾਂ ਜੀ। ਮੈਂ ਜੀ ਵਾਰਡ ਨੰਬਰ 5 ਦਾ MC ਤੇਜਿੰਦਰ ਸਿੰਘ ਸੋਨੀ ਜਾਗਲ, ਇਹ ਮੇਰਾ ਵਾਰਡ ਪੈਂਦਾ ਹੈਗਾ। ਇਹ ਤਕਰੀਬਨ ਜੀ ਇੱਥੇ 4 ਵਜੇ ਦੀ ਇਹ ਕਹਾਣੀ ਹੈਗੀ। ਸਵੇਰੇ 4 ਵਜੇ ਜਦੋਂ ਮੀਂਹ ਹਟਿਆ ਸੀਗਾ ਤਾਂ ਉੱਥੋਂ ਆ ਕੇ ਇਹ ਸਵੇਰੇ ਵਿਚਾਰੇ ਉੱਠੇ ਨਹੀਂ ਸੀ, ਬੱਚੇ ਵੀ ਛੱਤ ਉੱਤੇ ਡਿੱਗ ਪਈ, ਇਹਨਾਂ ਦੇ ਬੱਚੇ ਬੈਠੇ ਸੀ, ਸਾਰਾ ਪਰਿਵਾਰ ਪਿਆ ਸੀਗਾ। ਇੱਕ ਬੱਚੇ ਦੀ ਡੈਥ ਹੋ ਗਈ, 13-14 ਸਾਲ ਦਾ ਬੱਚਾ ਸੀਗਾ, ਬਾਕੀ ਕਦੋਂ ਜ਼ਖਮੀ ਹੋ ਜੋ ਕਿ ਹਸਪਤਾਲ ਜ਼ੇਰੇ ਇਲਾਜ ਨੇ ਜੀ। ਅਸੀਂ ਪ੍ਰਸ਼ਾਸਨ ਦੇ ਮੰਗ ਚਾਹੁੰਦੇ, ਬਹੁਤ ਹੀ ਗਰੀਬ ਪਰਿਵਾਰ ਆ, 7 ਦਰਜੇ ਦਾ ਗਰੀਬ ਪਰਿਵਾਰ ਆ, ਇਹਨਾਂ ਦੀ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ।